ਤਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਸੋ ਪਿਆਰਿਓ ਦਰਬਾਰ ਸਾਹਿਬ ਜਿਹੜੀ ਲੜਕੀ ਆਈ ਸੀ ਉਹਨੇ ਪ੍ਰਕਰਮਾਂ ਦੇ ਵਿੱਚ ਵੱਡੀ ਸਾਜ਼ਿਸ਼ ਕਰਨ ਦੀ ਕੋਸ਼ਿਸ਼ ਕੀਤੀ ਸੀ ਯੋਗਾ ਕਰਕੇ ਬੇਅਦਬੀ ਕੀਤੀ ਮੰਦਰ ਬਣਾਉਣ ਦੀ ਤਿਆਰੀ ਤੇ ਨਹੀਂ ਦਰਬਾਰ ਸਾਹਿਬ ਨੂੰ ਵੱਡਾ ਸਵਾਲ ਹੈ ਸੋ ਆਪਾਂ ਕੁਝ ਬੇਨਤੀਆਂ ਇਸ ਵਿਸ਼ੇ ਤੇ ਜ਼ਰੂਰ ਜੜੀਆਂ ਸਾਂਝੀਆਂ ਕਰਨੀਆਂ ਨੇ ਸੋ ਸਾਰੀ ਸੰਗਤ ਨੂੰ ਮੇਰੀ ਬੇਨਤੀ ਹੈ ਕਿ ਕੁਝ ਚੀਜ਼ਾਂ ਸੋਚਿਆ ਕਰੋ ਦਿਲ ਤੋਂ ਇਹ ਚੀਜ਼ ਮੰਨ ਕੇ ਚੱਲਿਆ ਕਰੋ ਵੀ ਇਹਦਾ ਅੱਗੇ ਚੱਲ ਕੇ ਕਿਤੇ ਕੋਈ ਗਲਤ ਰਿਜ਼ਲਟ ਤਾਂ ਨਹੀਂ ਸਾਨੂੰ ਮਿਲੇਗਾ ਗਲਤ ਰਿਜ਼ਲਟ ਤਾਂ ਨਹੀਂ ਕੋਈ ਨਿਕਲੂਗਾ ਕੋਈ ਵੱਡੀ ਸਾਜ਼ਿਸ਼ ਤਾਂ ਨਹੀਂ ਹੋਊਗੀ ਅਸੀਂ ਭਾਈਚਾਰੇ ਵੱਲ ਜਿਆਦਾਤਰ ਪੈਂਦੇ ਆ ਜਿਹਦੀ ਆਪਦੇ ਘਰੇ ਨਹੀਂ ਨਾ ਬਣਦੀ ਉਹ ਵੀ ਭਾਈਚਾਰੇ ਦੀਆਂ ਫਿਰ ਗੱਲਾਂ ਲੱਗ ਜਾਂਦਾ ਕਰਨ ਸੋ ਮੈਂ ਕੁਝ ਬੇਨਤੀਆਂ ਇੱਥੇ ਅਜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਪਹਿਲਾਂ ਤੇ ਫਤਿਹ ਬਲਾਓ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜਿਹੜੀ ਲੜਕੀ ਦਰਬਾਰ ਸਹਿਬਾਈ ਸੀ ਜਿਸ ਨੇ ਜੋਗਾ ਕੀਤਾ ਪ੍ਰਕਰਮਾਂ ਦੇ ਵਿੱਚ ਤੇ ਪਿਆਰਿਓ ਤਸਵੀਰਾਂ ਉਹਦੀਆਂ ਵਾਇਰਲ ਹੋਈਆਂ ਤੇ ਮੈਂ ਕੁਝ ਬੇਨਤੀਆਂ ਸਾਂਧੀਆਂ ਕਰ ਦੇਵਾ ਉਹ ਲੜਕੀ ਨੇ ਇੱਕ ਵੀਡੀਓ ਪਾਈ ਹੈ ਹੱਸ-ਹੱਸ ਕੇ ਉਹ ਵੀਡੀਓ ਪਾ ਰਹੀ ਹੈ ਉਸ ਲੜਕੀ ਉਹ ਜਿਹੜੀ ਲੜਕੀ ਹੈ ਉਹ ਗੁਜਰਾਤ ਦੀ ਰਹਿਣ ਵਾਲੀ ਹੈ ਅਰਚਨਾ ਮਕਵਾਨਾ ਕਰਕੇ ਸ਼ਾਇਦ ਉਹਦਾ ਨਾਮ ਜਿਹੜਾ ਹੈ ਪੂਰਾ ਜੋ ਸੋਸ਼ਲ ਮੀਡੀਆ ਤੇ ਹੈ ਉਹ ਸਾਹਮਣੇ ਆਇਆ ਹੈ ਤੇ ਉਹ ਵਿੱਚੋਂ ਵਿੱਚੀ ਕੁਝ ਲਾਗਾ ਦੇਗਾ ਜਿਹੜਾ ਰੱਖਦੀ ਹੈ ਜਿਸ ਦੇ ਜਿਸ ਅਭਿਨੇਤਰੀ ਦੇ ਥਪੜਾ ਪਿਆ ਸੀ ਮੁਹਾਲੀ 에ਰਪੋਰਟ ਤੇ ਉਦੇ ਨਾਲ ਸ਼ਾਇਦ ਕੋਈ ਉਹਦਾ ਲਾਗਾ ਦੇਗਾ ਜਾਂ ਮਾੜਾ ਮੋਟਾ ਵਿੱਚ ਵਿੱਚ ਜੇ ਪੱਕਾ ਮੈਂ ਸ਼ੋਰ ਨਹੀਂ ਹੈਗਾ ਉਹ ਪਤ ਨਹੀਂ ਫੈਨ ਹੈ ਪਤ ਨਹੀਂ ਕੀ ਹੈ ਤੇ ਉਹਦੀਆਂ ਤਸਵੀਰਾਂ ਚਲੋ ਵਾਇਰਲ ਹੋ ਰਹੀਆਂ ਨੇ ਕਾਫੀ ਤਸਵੀਰਾਂ ਨੇ ਕਦੀ ਤਸਵੀਰ ਨਹੀਂ ਹੈਗੀ ਤੇ ਮੈਂ ਇੱਕ ਬੇਨਤੀ ਜ਼ਰੂਰ ਕਰ ਦੇਵਾਂ ਕਿ ਉਸ ਲੜਕੀ ਨੇ ਇੱਕ ਸਾਜ਼ਿਸ਼ ਦੇ ਤਹਿਤ ਆ ਕੇ ਸਾਰਾ ਕੰਮ ਕੀਤਾ ਗੁਜਰਾਤ ਦੀ ਉਹ ਰਹਿਣ ਵਾਲੀ ਹੈ ਤੇ ਹੁਣ ਉਸ ਲੜਕੀ ਨੂੰ ਪੁਲਿਸ ਸਿਕਿਉਰਟੀ ਦੇ ਦਿੱਤੀ ਗਈ ਹੋ ਸਕਦਾ ਹੈ ਉਹਨੇ ਜਾਣ ਬੁੱਝ ਕੇ ਅਜਿਹਾ ਕੰਮ ਕੀਤਾ ਹੋਵੇ ਇੱਕ ਇਹਦੇ ਵਿੱਚ 2 ਪੁਆਇੰਟ ਨੇ ਇੱਕ ਤੇ ਸਿਕਿਉਰਿਟੀ ਲੈਣ ਵਾਸਤੇ ਔਰ ਦੂਜਾ ਸਿੱਖਾਂ ਤੇ ਉਂਗਲੀ ਚੁੱਕਣ ਵਾਸਤੇ ਹੁਣ ਉਹ ਲੜਕੀ ਵੀਡੀਓ ਦੇ ਵਿੱਚ ਕਹਿੰਦੀ ਆ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ ਮੈਨੂੰ ਮੇਰਾ ਬਲਾਤਕਾਰ ਕਰਨ ਦੀਆਂ ਮੈਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਮੈਂ ਕਹਿੰਦਾ ਸਰਾਸਰ ਝੂਠ ਹੈ ਇੱਕ ਸਿੱਖ ਕਦੇ ਵੀ ਕਿਸੇ ਧੀ ਭੈਣ ਨੂੰ ਜਾਨੋਂ ਮਾਰਨ ਦੀ ਗੱਲ ਜਾਂ ਬਲਾਤਕਾਰ ਕਰਨ ਦੀ ਗੱਲ ਜਿਹੜੀ ਹੈ ਸਿੱਖ ਕਦੇ ਵੀ ਕਹਿ ਨਹੀਂ ਸਕਦਾ ਸਾਰ ਸੰਗਤ ਬੜੀ ਵੱਡੀ ਸ਼ਾਜਸ਼ ਹੈ ਜੀ ਇਹ ਛੋਟੀ ਜੀ ਗੱਲ ਨੂੰ ਕਿੱਡਾ ਵੱਡਾ ਰੂਪ ਦੇ ਦਿੱਤਾ ਹੁਣ ਛੋਟੀ ਜੀ ਗੱਲ ਕਿਵੇਂ ਸੀ ਕਿੱਥੇ ਤੇ ਉਹਨੇ ਮਾਫੀ ਮੰਗ ਲਈ ਗੱਲ ਖਤਮ ਹੋ ਗਈ ਵੀ ਹਾਂ ਠੀਕ ਹੈ ਜੀ ਮੇਰੇ ਤੋਂ ਗਲਤੀ ਹੋ ਗਈ ਗੱਲ ਮੁੱਕ ਗਈ ਤੇ ਹੁਣ ਉਹ ਲੜਕੀ ਵੀਡੀਓ ਪਾ ਰਹੀ ਆ ਹੱਸ ਕੇ ਮੈਨੂੰ ਮੈਂ ਧਮਕੀ ਜੇ ਤੈਨੂੰ ਧਮਕੀਆਂ ਮਿਲਦੀਆਂ ਹੁੰਦਾ ਤੇਰੇ ਚਿਹਰੇ ਦੀ ਤਾਂ ਰੰਗਤ ਉੱਡ ਜਾਂਦੀ ਤੇ ਹਾਲਾਂਕਿ ਤੈਨੂੰ ਪੁਲਿਸ ਸਿਕਿਉਰਿਟੀ ਚਾਹੀਦੀ ਸੀ ਉਹ ਤੈਨੂੰ ਜ਼ਰੂਰ ਮਿਲ ਗਈ ਆ ਬੜਾ ਚੰਗਾ ਢੰਗ ਲੋਕਾਂ ਨੇ ਲੱਭਿਆ ਕਿ ਧਰਮਾਂ ਦੇ ਨਾਂ ਤੇ ਜਿਹੜਾ ਹੈ ਇੱਕ ਫੁੱਟ ਪਾਓ ਧਰਮਾਂ ਦੇ ਨਾਂ ਤੇ ਕੋਈ ਐਸਾ ਇਸ਼ੂ ਕ੍ਰੀਏਟ ਕਰ ਦਿਓ ਤੇ ਸਕਿਉਰਟੀ ਲੈ ਕੇ ਆਪ ਫਿਰ ਬੈਠੇ ਰਹੋ ਤੇ ਬੜਾ ਵਧੀਆ ਲੋਕਾਂ ਨੇ ਜਿਹੜਾ ਹੈ ਇਹ ਸੋਲੂਸ਼ਨ ਲੱਭਿਆ ਹੋਇਆ ਹੈ ਬੜੀਆ ਲੋਕਾਂ ਨੇ ਜਿਹੜਾ ਸਭ ਕੁਝ ਕੀਤਾ ਤੇ ਗੁਜਰਾਤ ਪੁਲਿਸ ਨੇ ਉਸ ਨੂੰ ਸਕਿਉਰਟੀ ਦੇ ਦਿੱਤੀ ਵੀ ਇਹਦੀ ਜਾਨ ਨੂੰ ਖਤਰਾ ਹੈ ਤੇ ਮੈਂ ਬੇਨਤੀ ਕਰ ਦੇਵਾਂ ਸਾਧ ਸੰਗਤ ਸਾਡੇ ਕਿੰਨੇ ਸ਼ਹੀਦ ਪਰਿਵਾਰ ਨੇ ਤੇ ਜਿਨ੍ਹਾਂ ਸ਼ਹੀਦ ਪਰਿਵਾਰਾਂ ਨੇ ਆਪਣੀ ਜਾਨ ਲੇਖੇ ਲਈ ਕੌਮ ਦੇ ਜਾਂ ਇਸ ਦੇਸ਼ ਦੇ ਉਹਨਾਂ ਦੇ ਪਰਿਵਾਰਾਂ ਦੀ ਕਦੇ ਰੱਖਿਆ ਕਰਨ ਦੀ ਗੱਲ ਜਿਹੜੀ ਹੈ ਸਰਕਾਰਾਂ ਨੂੰ ਸੁਝੀ ਨਹੀਂ ਤੇ ਜਾਂ ਫਿਰ ਜੇ ਗੱਲ ਕਰੀਏ ਉਹਨਾਂ ਪਰਿਵਾਰਾਂ ਦੀ ਤੰਗੀ ਕੀ ਹੈ ਉਹਨਾਂ ਪਰਿਵਾਰਾਂ ਨੂੰ ਦੋ ਵਕਤ ਦੀ ਰੋਟੀ ਮਿਲ ਰਹੀ ਹੈ ਜਾਂ ਨਹੀਂ ਉਹਨਾਂ ਦੇ ਪਰਿਵਾਰਾਂ ਨੂੰ ਕਦੇ ਸਾਂਭਣ ਦੀ ਗੱਲ ਸਾਹਮਣੀ ਨਹੀਂ ਆਈ ਸ਼ਹੀਦ ਉਦਮ ਸਿੰਘ ਦਾ ਪਰਿਵਾਰ ਜਿਹੜਾ ਹੈ ਉਹ ਰਹਿੰਦਾ ਜੀ ਸਨਾਮ ਦੇ ਵਿੱਚ ਪਰ ਉਹ ਦਿਹਾੜੀ ਕਰਕੇ ਰੋਟੀ ਖਾ ਰਹੇ ਨੇ ਆਏ ਸਾਲ ਸ਼ਹੀਦ ਉਦਮ ਸਿੰਘ ਦੇ ਜਿਹੜਾ ਹੈ ਜਨਮ ਦਿਹਾੜੇ ਤੇ ਸ਼ਹੀਦੀ ਦਿਹਾੜੇ ਤੇ ਲੱਖਾਂ ਰੁਪਈਆ ਸਰਕਾਰ ਵੱਲੋਂ ਖਰਚ ਕੀਤਾ ਜਾਂਦਾ ਹੈ ਵੱਡੀਆਂ-ਵੱਡੀਆਂ ਸਟੇਜਾਂ ਲਾਈਆਂ ਜਾਂਦੀਆਂ ਨੇ ਵੱਡੀਆਂ-ਵੱਡੀਆਂ ਜੜੀਆਂ ਨੇ ਸਟੇਜਾਂ ਲਾ ਕੇ ਸ਼ਰਧਾਂਜਲੀयां ਦਿੱਤੀਆਂ ਜਾਂਦੀਆਂ ਨੇ ਹਾਰ ਪਾਏ ਜਾਂਦੇ ਨੇ ਪਰ ਕਦੇ ਉਹਦੇ ਪਰਿਵਾਰ ਨੂੰ ਜਾ ਕੇ ਇਹ ਨਹੀਂ ਕਿਹਾ ਵੀ ਤੁਹਾਨੂੰ ਸਰਕਾਰੀ ਨੌਕਰੀ ਦੇ ਦਿੰਨੇ ਆ ਜੀ ਕੋਈ ਗੱਲ ਨਹੀਂ ਤੁਸੀਂ ਘਬਰਾਓ ਨਾ ਤੁਸੀਂ ਸਾਡੇ ਸ਼ਰਮਾਏਦਾਰ ਹੋ ਨਹੀਂ ਘਬਰਾਓ ਨਾ ਕਿਸੇ ਗੱਲੋਂ ਕਦੇ ਨਹੀਂ ਕਿਹਾ ਅਗਰ ਸਿੰਘ ਦਾ ਪਰਿਵਾਰ ਬਾਵਾ ਸਾਹਿਬ ਦਾ ਪਰਿਵਾਰ ਰਾਜ ਗੁਰੂ ਸੁਖਦੇਵ ਤੇ ਕਿੰਨੇ ਪਰਿਵਾਰ ਨੇ ਹੁਣ ਚਲੋ ਦੂਜੇ ਪੱਖ ਤੇ ਆਜੋ ਤੇ ਪੱਖ ਕੀ ਹੈ ਭਾਈ ਸਤਵੰਦ ਸਿੰਘ ਬਿਆੰਦ ਸਿੰਘ ਤੇ ਭਾਈ ਕੇਰ ਸਿੰਘ ਤੇ ਹੋਰ ਕਿੰਨੇ ਸਾਡੇ ਅਜੇ ਇਹ ਸ਼ਹੀਦ ਸਿੰਘ ਨੇ ਭਾਈ ਜਗਤਾਰ ਸਿੰਘ ਹਵਾਰਾ ਵਰਗੇ ਹੋਰ ਜਿਹੜੇ ਸ਼ਹੀਦ ਸਿੰਘ ਨੇ ਜਿਹੜੇ ਅੰਦਰ ਬੈਠੇ ਨੇ ਤੇ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋਣ ਤੋਂ ਬਾਅਦ ਵੀ ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ ਉਹਨਾਂ ਨਾਲ ਕਿੱਡਾ ਵੱਡਾ ਧੱਕਾ ਕੀਤਾ ਜਾ ਰਿਹਾ ਕਦੇ ਉਹਦੇ ਪਰਿਵਾਰਾਂ ਦੀ ਸਾਰ ਜਿਹੜੀ ਹੈ ਸਰਕਾਰਾਂ ਨੇ ਨਹੀਂ ਲਈ ਉਹਨਾਂ ਦੇ ਪਰਿਵਾਰਾਂ ਨੂੰ ਹਾਲਾਂਕਿ ਜ਼ਰੂਰਤ ਸੀ ਸਰਕਾਰ ਦੀ سپورਟ ਦੀ ਵੀ ਕੋਈ ਗੱਲ ਨਹੀਂ ਜੀ ਕਾਨੂੰਨ ਦੇ ਮੁਤਾਬਕ ਬਣਦੀ ਹੀ ਕਾਰਵਾਈ ਹੋਵੇਗੀ ਤੁਸੀਂ ਘਬਰਾਓ ਨਾ ਤੇ ਹਾਲਾਂਕਿ ਅਸੀਂ ਉਹਨਾਂ ਨੂੰ ਬਾਹਰ ਜ਼ਰੂਰ ਲੈ ਕੇ ਆਵਾਂਗੇ ਚਲੋ ਕੇਂਦਰ ਸਰਕਾਰ ਨੇ ਹਮੇਸ਼ਾ ਸिखਾਂ ਨਾਲ ਧੱਕਾ ਕੀਤਾ ਪਰ ਸੂਬਾ ਸਰਕਾਰ ਵੀ ਉਹਨਾਂ ਦੀ ਆਪਣੀ ਨਹੀਂ ਬਣੀ ਅੱਜ ਦੀ ਸਰਕਾਰ ਦੀ ਗੱਲ ਨਹੀਂ ਕਰਦਾ ਪਿਛਲੀਆਂ ਕਿਹੜਾ ਬਣ ਗਈਆਂ ਚਲੋ ਪਰਮਾਤਮਾ ਉਹਨਾਂ ਨੂੰ ਸਮੱਤ ਦੇਵੇ ਪਰ ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ ਸੀ ਵੀ ਸਰਕਾਰਾਂ ਨੇ ਸਮੇਂ-ਸਮੇਂ ਤੇ ਅਜਿਹਾ ਕੀਤਾ ਹਾਲਾਂਕਿ ਜੇ ਕੰਗਣਾ ਨੇ ਸਾਡੀਆਂ ਧੀਆਂ ਪਹਿਣਾ ਵਾਸਤੇ ਮਾਤਾਵਾਂ ਵਾਸਤੇ ਅਪ ਸ਼ਬਦ ਬੋਲੇ ਹਾਲਾਂਕਿ ਉਹਨੂੰ ਉਹਨੂੰ ਵੀ ਵੱਡੀ ਸਿਕਿਉਰਿਟੀ ਦਿੱਤੀ ਉਹਨੂੰ ਇੰਜ ਕਰ ਦਿੱਤਾ ਉਹਨੂੰ ਬੜਾ ਵੱਡਾ ਪ੍ਰੋਟੈਕਸ਼ਨ ਦਿੱਤਾ ਗਿਆ ਦੇ ਹਾਲਾਂਕਿ ਸਰਕਾਰ ਕੇਂਦਰ ਗਵਰਨਮੈਂਟ ਨੇ ਵੀ ਉਹਦੀ ਜਿਹੜੀ ਹੈ ਉਹਦਾ ਪਿੱਠ ਥਾਪੜੀ ਵੀ ਕੋਈ ਗੱਲ ਨਹੀਂ ਘਬਰਾਣਾ ਸੀ ਤੇਰੇ ਨਾਲ ਦੇਖੋ ਇਹ ਨਿਆ ਨਹੀਂ ਹੈਗਾ ਹੁਣ ਕਹਿੰਦੇ ਪੰਜਾਬ ਦੇ ਵਿੱਚ ਅੱਤਵਾਦ ਫਲ ਰਿਹਾ ਹੈ ਪੰਜਾਬੀ ਅੱਤਵਾਦੀ ਨੇ ਤੇ ਹਾਲਾਂਕਿ ਹੁਣ ਇਸ ਚੀਜ਼ ਦਾ ਜ਼ਿੰਮੇਵਾਰ ਕੌਣ ਹੈ ਹੁਣ ਸਰਕਾਰ ਦਾ ਫਰਜ ਬਣਦਾ ਵੀ ਹੁਣ ਤੂੰ ਲੋਕ ਸਭਾ ਮੈਂਬਰ ਚੁਣੀ ਗਈ ਹੈ ਤੇ ਤੇਰਾ ਇਹ ਫਰਜ ਨਹੀਂ ਬਣਦਾ ਵੀ ਤੂੰ ਨਫ਼ਰਤ ਭਰੇ ਬਿਆਨ ਦੇਵੇਂ ਕਾਨੂੰਨੀ ਨੋਟਿਸ ਵੈਸੇ ਉਹਨੂੰ ਜਾਰੀ ਹੋ ਚੁੱਕਿਆ ਹੈ ਪੂਰੇ ਪੰਜਾਬ ਦਾ ਇੱਕ ਇੱਕ ਬੰਦਾ ਉਹਦੇ ਤੇ ਪਰਚਾ ਦਰਜ ਕਰਾਵੇ ਵੀ ਹਰ ਇੱਕ ਪੰਜਾਬੀ ਨੂੰ ਉਹ ਜਿਹੜਾ ਹੈ ਉਹ ਅੱਤਵਾਦੀ ਕਹਿ ਰਹੀ ਹੈ ਪੰਜਾਬੀ ਬਾਰਡਰਾਂ ਤੇ ਵੀ ਬੈਠੇ ਨੇ ਪੰਜਾਬੀ ਦੇਸ਼ਨੀਆਂ ਪੰਦੇਸ਼ ਦੀਆਂ ਸਰਹੱਦਾਂ ਤੇ ਵੀ ਬੈਠੇ ਹੋਏ ਨੇ ਪੰਜਾਬੀ ਕੀ ਉਹ ਸਾਰੇ ਹੀ ਅੱਤਵਾਦੀ ਨੇ ਪੰਜਾਬ ਦੇ ਵਿੱਚ ਕਿਸਾਨ ਵੀ ਐ ਪੰਜਾਬ ਦੇ ਵਿੱਚ ਸਾਰੇ ਨੇ ਪੰਜਾਬ ਦੇ ਲੋਕ ਵੱਡੀਆਂ-ਵੱਡੀਆਂ ਕੰਟਰੀਆਂ ਦੇ ਮਾਲਕ ਨੇ ਵੱਡੀਆਂ-ਵੱਡੀਆਂ ਇੰਡਸਟਰੀਆਂ ਚਲਾ ਰਹੇ ਨੇ ਪੰਜਾਬ ਦੇ ਲੋਕ ਬਾਹਰ ਵੀ ਬੈਠੇ ਨੇ ਐਨ ਆਰ ਆਈ ਲੋਕ ਵੱਡਾ ਬਿਜ਼ਨਸ ਚਲਾ ਰਹੇ ਨੇ ਉਹ ਸਾਰੇ ਹੀ ਅੱਤਵਾਦੀ ਹੋਗੇ ਹੁਣ ਪਿੱਛਾ ਤੇ ਉਹਨਾਂ ਦਾ ਜਿਹੜਾ ਹੈ ਉਹ ਫਿਰ ਪੰਜਾਬ ਦਾ ਹੀ ਹੈ ਬڑے ਲੋਕ ਫਿਲਮਾਂ ਨੂੰ ਫਾਈਨਾਂਸ ਕਰਦੇ ਨੇ بڑے ਲੋਕ ਫਿਲਮਾਂ ਦੇ ਵਿੱਚ ਕੰਮ ਕਰ ਰਹੇ ਨੇ ਪੰਜਾਬੀ ਉਹ ਸਾਰੇ ਅਤਵਾਦੀ ਹੋ ਗਏ ਉਹਨਾਂ ਸਾਰਿਆਂ ਦੀਆਂ ਜਮੀਰਾਂ ਮਰ ਗਈਆਂ ਤੇ ਉਹ ਸਾਰੇ ਇੱਕ ਵਾਰੀ ਵੀ ਨਹੀਂ ਬੋਲੇ ਇੱਕ ਇੱਕ ਪਰਚਾ ਦਰਜ ਖਰਾਓ ਖਾਂ ਇਹਦਾ ਇਹਦੇ ਤੇ ਸਾਰੇ ਲੋਕਾਂ ਦਾ ਇਹ ਫਰਜ਼ ਬਣਦਾ ਇਹਨੇ ਪੰਜਾਬ ਤੇ ਪੰਜਾਬੀਆਂ ਨੂੰ ਅਤਵਾਦੀ ਕਿਵੇਂ ਘੈਰ ਦਿੱਤਾ ਇਹਨੇ ਇਕੱਲੇ ਪੰਜਾਬੀਆਂ ਨੂੰ ਨਹੀਂ ਸਾਡੇ ਗੁਰੂ ਪੀਰਾਂ ਦੇ ਜਿਹੜਾ ਹੈ ਇਹਨੇ ਵੱਡਾ ਇਲਜ਼ਾਮ ਲਾਇਆ ਹੈ ਤੇ ਸਾਤ ਸੰਗਤ ਗੁਰੂ ਨਾਨਕ ਸੱਚੇ ਪਾਤਸ਼ਾਹ ਵੀ ਤੇ ਪੰਜਾਬ ਤੋਂ ਹੋਏ ਸਾਡੇ 10 ਗੁਰੂ ਸਹਿਬਾਨ ਪੰਜਾਬ ਤੋਂ ਹੋਏ ਕਿੰਨੇ ਗੁਰਸਿੱਖ ਪਿਆਰੇ ਪੰਜਾਬ ਤੋਂ ਹੋਏ ਨੇ ਉਹਨੇ ਸਾਰਿਆਂ ਨੂੰ ਜਿਹੜਾ ਇੱਕ ਤੱਕੜੀ 'ਚ ਤੋਲ ਦਿੱਤਾ ਪਿਆਰਿਓ ਚਲੋ ਗੱਲ ਵੱਖਰੀ ਮੈਂ ਇੱਕ ਬੇਨਤੀ ਜਿਹੜੀ ਆ ਜ਼ਰੂਰ ਕਰਾਂ ਕਿ ਦਰਬਾਰ ਸਾਹਿਬ ਜਿਹੜੀ ਲੜਕੀ ਆਈ ਉਹਨੇ ਪ੍ਰਕਰਮਾਂ ਦੇ ਵਿੱਚ ਜੋਗਾ ਇੱਕ ਸਾਜ਼ਿਸ਼ ਦੇ ਤਹਿਤ ਕੀਤਾ ਸੀ ਕਿ ਚਲੋ ਸਿੱਖਾਂ ਨੂੰ ਬਦਨਾਮ ਕੀਤਾ ਜਾਏ ਇਹ ਆਪਸ ਦੇ ਵਿੱਚ ਲੜਨਗੇ ਤੇ ਹਾਲਾਂਕਿ ਦਰਬਾਰ ਸਾਹਿਬ ਨੂੰ ਮੰਦਿਰ ਬਣਾਉਣ ਦੀ ਤਿਆਰੀ ਕਿਤੇ ਨਾ ਕਿਤੇ ਸ਼ੁਰੂ ਹੋ ਚੁੱਕੀ ਹੈ ਸਿੱਖੋ ਇਸ ਸੁਚੇਤ ਹੋ ਜਾਓ ਗੱਲ ਹਲੇ ਵੀ ਸਮਝ ਜਾਓ ਕਿ ਹਰਮੰਦਰ ਸਾਹਿਬ ਦੇ ਵਿੱਚ ਆ ਕੇ ਕਦੇ ਬੇਅਦਬੀਆਂ ਕਦੇ ਕਿਸ ਢੰਗ ਨਾਲ ਕਦੇ ਕਿਵੇਂ ਕਦੇ ਕਿਵੇਂ ਲੋਕ ਕਹਿੰਦੇ ਜੀ ਮੰਦਰ ਦੇ ਵਿੱਚ ਰੀਲਾਂ ਬਣਾਉਣ ਤੇ ਰੋਕ ਨਹੀਂ ਮੰਦਰ ਦੇ ਵਿੱਚ ਇਦਾਂ ਨਹੀਂ ਹਰਮੰਦਰ ਸਾਹਿਬ ਹੀ ਕਿਉਂ ਰੋਕਿਆ ਜਾਂਦਾ ਇਹ ਬੋ ਹਾਲਾਂਕਿ ਹਰ ਵਾਰੀ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਸੁਚੇਤ ਹੋ ਜਾਓ ਐਸਜੀਪੀਸੀ ਸੁਚੇਤ ਹੋ ਜਾਏ ਤੇ ਹਾਲਾਂਕਿ ਇਹਨਾਂ ਲੋਕਾਂ ਤੇ ਕਰੜੀ ਨਿਗਰ ਰੱਖੀ ਜਾਵੇ ਜਿਹੋ ਜੇ ਲੋਕ ਜਿਹੜੇ ਆਉਂਦੇ ਨੇ ਤੇ ਜਿਹੜੇ ਗੁਰੂ ਦੇ ਦਰ ਤੇ ਆ ਕੇ ਵੀ ਨਹੀਂ ਟਿਕਦੇ ਹਾਲਾਂਕਿ ਇਦਾਂ ਦੀਆਂ ਬਿਆਨਬਾਜ਼ੀਆਂ ਕਰਦੇ ਨੇ ਤੇ ਯਾਦ ਰੱਖਿਓ ਵੀ ਹਿਸਾਬ ਗੁਰੂ ਨੇ ਜ਼ਰੂਰ ਲੈਣਾ ਸਦਾ ਸਦਾ ਦਿਨ ਇਹੋ ਜਿਹੀ ਨਹੀਂ ਰਹਿੰਦੇ ਹੁੰਦੇ ਇਹ ਗੱਲ ਯਾਦ ਰੱਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ